ਜਗਜੀਤ ਸਿੰਘ। ਮਰਨ ਵਾਲੇ ਕਿਵੇਂ ਮਰੇ ਨੇ, ਕੀ ਨਾਮ ਉਹਨਾਂ ਦਾ, ਕੀ ਲੱਗਦਾ ਤੁਹਾਡੇ? ਘਰ ਵਾਲੀ ਆ ਜੀ। ਕੀ ਨਾਮ ਉਹਨਾਂ ਦਾ? ਅਮਨਦੀਪ ਕੌਰ। ਅੱਛਾ, ਕਿਸ ਤਰ੍ਹਾਂ ਡੈਥ ਹੋਈ, ਕੀ ਗੱਲ ਹੋਈ ਸੀਗੀ? ਚਿੱਟੇ ਦੇ ਨਾਲ ਹੋਈ ਹੈ ਜੀ। ਚਿੱਟੇ ਦੇ ਨਾਲ ਹੋਈ ਸੀ? ਕਿੰਨੇ ਕੁ ਟਾਈਮ ਤੋਂ ਲੈ ਰਹੇ ਸੀਗੇ? ਡੇਢ ਸਾਲ ਤੋਂ। ਇੱਥੇ ਇਲਾਜ ਲਈ ਕਦੋਂ ਐਡਮਿਟ ਕਰਾਇਆ ਬਿੰਦਾ? ਕੱਲ੍ਹ ਜੀ। ਕੱਲ੍ਹ 11 ਵਜੇ? 11 ਵਜੇ। ਡਾਕਟਰਾਂ ਨੇ ਕੀ ਕਿਹਾ? ਡਾਕਟਰਾਂ ਨੇ ਕੁਛ ਨਹੀਂ, ਚਿੱਟੇ ਦੀ ਸ਼ਿਕਾਇਤ ਵੱਧ ਗਈ ਹੈ ਜੀ। ਅੱਛਾ, ਮੁਸ਼ਕਿਲ, ਬਚਣਾ ਮੁਸ਼ਕਿਲ ਆ। ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ? ਬਸ ਚਿੱਟਾ ਬੰਦ ਹੋ ਜੇ। ਚਿੱਟਾ ਬੰਦ ਹੋ ਗਏ? ਕਿੰਨੇ ਬੱਚੇ ਆ ਜੀ ਤੁਹਾਡੇ? ਦੋ। ਅੱਜ ਇੱਕ ਲੜਕੀ ਅਮਨਦੀਪ ਕੌਰ, ਘਰ ਵਾਲੇ ਦਾ ਨਾਮ ਜਗਜੀਤ ਸਿੰਘ, ਉਹਦਾ ਪੋਸਟਮਾਰਟਮ ਮੈਂ ਕੀਤਾ ਹੈਗਾ। 27 ਸਾਲ ਉਮਰ ਸੀ ਉਹਦੀ, ਅਤੇ ਉਹਦੇ 'ਚ ਉਹਨਾਂ ਨੇ ਉਹਦੀ ਪਹਿਲਾਂ ਨਸ਼ੇ ਵਗੈਰਾ ਦੀ ਆਦੀ ਸੀਗੀ, ਬਟ ਉਹਦੇ ਅਸੀਂ ਜਿਹੜੇ ਵਿਸਰਾ ਉਹ ਕੈਮੀਕਲ ਐਗਜ਼ਾਮੀਨੇਸ਼ਨ ਲਈ ਖਰੜ ਭੇਜ ਦਿੱਤੇ ਨੇ, ਅਤੇ ਜਿਹੜਾ ਅਸਲ ਕਾਰਨ ਹੈ ਮੌਤ ਦਾ ਉਹ ਤੋਂ ਰਿਪੋਰਟ ਆਉਣ ਤੋਂ ਬਾਅਦ ਦਿੱਤਾ ਜਾਵੇਗਾ।